ਇਨਕੁਆਲਿਟੀ ਜਿਹੜਾ ਬਹੁਤ ਵੱਡਾ ਇਸ਼ੂ ਇਸ ਵੇਲੇ ਕੈਨੇਡਾ ਵਿੱਚ ਬਣਿਆ ਹੋਇਆ ਖਾਸ ਕਰਕੇ ਓਨਟੇਰੀਓ ਦੇ ਵਿੱਚ ਵੀ ਅੱਜ ਜਿਹੜੀ ਇਸ ਵੇਲੇ ਏਅਰ ਕੁਆਲਿਟੀ ਹੈਗੀ ਹੈ ਉਹ ਹਾਈ ਰਿਸਕ 7 ਸਕੋਰ ਦੇ ਉੱਪਰ ਹੈਗੀ ਹੈ ਔਰ ਪੂਰੀ ਦੁਨੀਆ ਭਰ ਦੇ ਵਿੱਚ ਇਸ ਵੇਲੇ ਟੋਰਾਂਟੋ ਦੀ ਜਿਹੜੀ ਸਾਡੇ ਇੱਥੋਂ ਦੀ ਏਅਰ ਕੁਆਲਿਟੀ ਜਿਹੜੀ ਹੈ ਸਭ ਤੋਂ ਜ਼ਿਆਦਾ ਵਰਸਟ ਹੈਗੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਥੋੜ੍ਹੀ ਜਿੰਨੀ ਥੰਡਰ ਸਟੋਰਮਸ ਆਉਣਗੇ ਬਾਰਿਸ਼ ਹੋਏਗੀ ਪਰ ਉਸ ਦੇ ਨਾਲ ਵੀ ਕੋਈ ਬਹੁਤ ਜ਼ਿਆਦਾ ਫਰਕ ਪੈਣ ਵਾਲਾ ਨਹੀਂ ਹੈਗਾ ਬਹੁਤ ਜ਼ਿਆਦਾ ਹਾਈ ਲੈਵਲ ਹੈ ਏਅਰ ਪੋਲਿਊਸ਼ਨ ਦਾ ਜਿਹੜੀ ਸਮੋਕ ਨਾਰਦਰਨ ਫਾਇਰ ਵਾਈਲਡ ਫਾਇਰਸ ਤੋਂ ਆ ਰਹੀ ਹੈ ਇਸ ਕਰਕੇ ਤੁਹਾਨੂੰ ਇਹ ਚਾਹੀਦਾ ਹੈ ਕਿ ਜਿਹੜੀਆਂ ਆਊਟਡੋਰ ਐਕਟੀਵਿਟੀਜ਼ ਉਹਨਾਂ ਨੂੰ ਜ਼ਰੂਰ ਲਿਮਿਟ ਕਰਕੇ ਰੱਖੋ ਦੂਸਰੀ ਗੱਲ ਹੈ ਕਿ ਇਹ ਜਿਹੜਾ ਹਿਊਮਿਡੈਕਸ ਵੈਲਿਊਜ਼ ਵੀ ਬਹੁਤ ਜ਼ਿਆਦਾ ਨੇ ਅੱਜ ਹਿਊਮਿਡਿਟੀ ਦੇ ਨਾਲ 32 ਤੱਕ ਫੀਲ ਹੋਏਗਾ ਹਿਊਮਿਡੈਕਸ ਔਰ 35 ਕੱਲ ਫੀਲ ਹੋਏਗਾ ਜਦੋਂ ਕੈਨੇਡਾ ਡੇ ਹੋਏਗਾ ਔਰ 34 ਰਹੇਗਾ ਹਿਊਮਿਡੈਕਸ ਦੇ ਨਾਲ ਸੰਡੇ ਔਰ ਮੰਡੇ ਨੂੰ ਔਰ ਕੈਨੇਡਾ ਡੇ ਵੀ ਆ ਰਿਹਾ ਹੈ ਔਰ ਲੌਂਗ ਵੀਕਐਂਡ ਹੈ ਸਮਰ ਦਾ ਪਹਿਲਾ ਲੌਂਗ ਵੀਕਐਂਡ ਆ ਰਿਹਾ ਹੈ ਪਰ ਅਜੇ ਤੱਕ ਰਹਿ ਨਹੀਂ ਪਤਾ ਚੱਲ ਪਾ ਰਿਹਾ ਕਿ ਲੋਕਾਂ ਨੂੰ ਸ਼ਾਇਦ ਆਪਣੀ ਜਿਹੜੀ ਐਕਟੀਵਿਟੀਜ਼ ਚੇਂਜ ਕਰਨੀਆਂ ਪੈਣਗੀਆਂ ਜੋ ਵੀ ਏਅਰ ਪੋਲਿਊਸ਼ਨ ਦੇ ਜਿਹੜੇ ਹਾਲ ਇਸ ਵੇਲੇ ਬਣੇ ਹੋਏ ਨੇ ਕਿ ਉਹ ਕੈਨੇਡਾ ਡੇ ਬਾਹਰ ਅੱਛੀ ਤਰ੍ਹਾਂ ਨਾਲ ਮਨਾ ਸਕਣਗੇ ਕਿ ਲੋਕਾਂ ਨੂੰ ਆਪਣੇ ਪਲਾਨਸ ਚੇਂਜ ਕਰਨੇ ਪੈਣਗੇ ਔਰ ਇਸ ਏਅਰ ਕੁਆਲਿਟੀ ਕਰਕੇ ਬਹੁਤ ਜ਼ਿਆਦਾ ਰਿਸਕ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਲੰਗ ਡਿਜ਼ੀਜ਼ ਨੇ ਹਾਰਟ ਡਿਜ਼ੀਜ਼ ਹੈ ਜਾਂ ਓਲਡਰ ਅਡਲਟਸ ਨੇ ਬੱਚੇ ਨੇ ਪ੍ਰੈਗਨੈਂਟ ਔਰਤਾਂ ਨੇ ਜਾਂ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਉਹਨਾਂ ਵਾਸਤੇ ਇਸ ਏਅਰ ਕੁਆਲਿਟੀ ਦਾ ਇਫੈਕਟ ਹੋ ਸਕਦਾ ਹੈ ਔਰ ਅੱਜ ਆਲਮੋਸਟ ਸਾਰੇ ਸਕੂਲਸ ਦੇ ਵੀ ਜਿਹੜਾ ਲਾਸਟ ਡੇ ਆਫ ਸਕੂਲ ਵੀ ਹੈਗਾ ਬੱਚਿਆਂ ਨੂੰ ਸਮਰ ਵੈਕੇਸ਼ਨ ਵੀ ਹੋ ਗਈ ਹੈ ਉਹਨਾਂ ਨੇ ਵੀ ਬਾਹਰ ਜਿਹੜਾ ਹੈ ਸਮਰ ਵੈਕੇਸ਼ਨ ਨੂੰ ਇੰਜੋਏ ਕਰਨਾ ਹੈ ਪਰ ਉਮੀਦ ਕਰਦੇ ਹਾਂ ਕਿ ਜਲਦੀ ਇਹ ਜਿਹੜੀ ਏਅਰ ਕੁਆਲਿਟੀ ਹੈ ਇੰਪਰੂਵ ਹੋ ਜਾਏ